ਹਾਂਜੀ ਤਾਂ ਵੈਲਕਮ ਬੈਕ ਐਕੁਆਰੀ ਫੇਅਰ ਟੀਚ ਵੀਜ਼ਾ ਪੰਜਾਬੀ ਚੈਨਲ ਤੇ ਉਮੀਦ ਕਰਦਾ ਕਿ ਤੁਸੀਂ ਠੀਕ ਹੋਵੋਗੇ کافی ਜ਼ਿਆਦਾ ਵੀਰ ਇਟਲੀ ਦੇ ਸੀਜ਼ਨਲ ਨੌਨ ਸੀਜ਼ਨਲ ਨੋਲਾ ਉਸਤਾ ਦੇ ਰਿਲੇਟਡ ਮਾਰਟੈਂਜਨ ਦੇ ਵਿੱਚ ਨੇ ਕਿਉਂਕਿ ਜਿੱਥੇ ਇੱਕ ਪਾਸੇ ਕਾਫੀ ਜ਼ਿਆਦਾ ਵੀਰਾਂ ਦੇ ਵਿੱਚ ਬੜੀ ਵੱਡੀ تعداد ਦੇ ਵਿੱਚ ਉਹਨਾਂ ਦੇ ਨੋਲਾ ਉਸਤਾ ইস্যੂ ਕੀਤੇ ਜਾਣ ਦੇ ਨੇ ਨਿਕਲਣ ਦੇ ਨੇ ਇਟਲੀ ਤੋਂ ਨੋਲਾਓਸ ਤੇ ਪਾਕਿਸਤਾਨ ਇੰਡੀਆ ਬੰਗਲਾਦੇਸ਼ ਬੜੀ ਸਪੀਡ ਦੇ ਨਾਲ ਬਾਈਪਾਸਟ ਹੋਣ ਦੇ ਨੇ ਤੇ ਇੱਕ ਪਾਸੇ ਕੁਝ ਐਸੇ ਵੀਰ ਵੀ ਆਣੇ ਜਿਨ੍ਹਾਂ ਤੁਹਾਨੂੰ ਨੋਲਾਓਸ ਤਦੀ ਹਈਏ ਤੇ ਅਪਰੂਵਲ ਵੀ ਨਹੀਂ ਲੱਭੀ ਐ ਉਥੋਂ ਇਹ ਵੀ ਨਹੀਂ ਪਤਾ ਕਿ ਨੋਲਾਓਸ ਤਾ ਇਹ ਨਿਕਲਿਆ ਵੇ ਜਾਂ ਨਹੀਂ ਨਿਕਲਿਆ ਵੇ ਉਹ ਕਾਫੀ ਜ਼ਿਆਦਾ ਟੈਨਸ਼ਨ ਦੇ ਵਿੱਚ ਨੇ ਤੇ ਇਸ ਵੀਡੀਓ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਨੋਲਾਓਸ ਤੱਕ ਕਿਉਂ ਡਿਲੇ ਹੋਣ ਦੇ ਨੇ ਨੋਲਾਓਸ ਤਾ ਦੀ ਈ ਅਸਲ ਵਜਾ ਹੈ ਕਿ ਤੁਹਾਡਾ ਨੋਲਾਓਸਟ ਰੱਬ ਨਾ ਕਰੇ ਰਿਜੈਕਟ ਹੋ ਸਕਦਾ ਵੇ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਵੀਡੀਓ ਨੂੰ ਐਂਡ ਤੱਕ ਤੱਕਿਓ ਚੈਨਲ ਟੀਚ ਵੀਜ਼ਾ ਪੰਜਾਬੀ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਕੋਈ ਵੀ ਵੀਡੀਓ ਤੁਸੀਂ ਮਿਸ ਨਾ ਕਰ ਸਕੋ ਹਾਂਜੀ ਤੇ ਮਿੱਤਰੋ ਪਹਿਲੇ ਨੰਬਰ ਤੇ ਤੇ ਗੱਲ ਇਹ ਵੀ ਬਹੁਤ ਸਾਰੇ ਮੇਰੇ ਵੀਜ਼ ਪ੍ਰਾਣ ਨਹੀਂ ਜਿੰਨਾ ਇਟਲੀ ਦਾ ਸੀਜ਼ਨਲ ਨੋਨ ਸੀਜ਼ਨਲ ਨੋਲਾਓਸਟ ਜਿਹੜਾ ਉਹ ਅਪਲਾਈ ਕੀਤਾ ਸੀ ਤੇ ਹਈਏ ਤੱਕ ਜੂਨ ਦੇ ਆਲਮੋਸਟ 2 ਵੀਕ ਤੋਂ ਬਾਅਦ ਕਾਫੀ ਜ਼ਿਆਦਾ ਵੀਰ ਮੇਰੇ ਜਾਣਨ ਵਾਲੇ ਨੇ ਫੇਸਬੁਕ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ YouTube ਦੇ ਉੱਤੇ ਈਮੇਲ ਦੇ ਜ਼ਰੀਏ ਹੁਣ ਵੀ ਫਿਜ਼ੀਕਲੀ ਤੌਰ ਤੇ ਵੀ ਮੇਰੇ ਕਾਫੀ ਜ਼ਿਆਦਾ ਵੀਰ ਜਾਣਨ ਵਾਲੇ ਨੇ ਜਿੰਨਾਂ ਦਾ ਨੋਲਾ ਉਸਤਾ ਇਟਲੀ ਤੋਂ ਪਾਕਿਸਤਾਨ ਇੰਡੀਆ ਆ ਚੁੱਕੇ ਆਵੇ ਨੈਕਸਟ ਪ੍ਰੋਸੀਜ ਅੰਬੈਸੀ ਦੇ ਵਿੱਚ ਜਮਾ ਕਰਵਾਣਾ ਤੇ ਵੀਜ਼ਾ ਲੈਣਾ ਆ ਬਈ ਦੂਸਰੇ ਪਾਸੇ ਬਹੁਤ ਸਾਰੇ ਵੀਰ ਐਸੇ ਨੇ ਜਿੰਨਾਂ ਦਾ ਅਜੇ ਤੱਕ ਨੋਲਾ ਉਸਤਾ ਨਹੀਂ ਨਿਕਲਿਆ ਕਾਫੀ ਜ਼ਿਆਦਾ ਟੈਨਸ਼ਨ ਦੇ ਵਿੱਚ ਨੇ ਅਲਮੋਸਟ ਜੂਨ ਦੇ ਮਹੀਨੇ ਜੂਨ ਦਾ ਮਹੀਨਾ ਜਦੋਂ ਦਾ ਸਟਾਰਟ ਹੋਇਆ ਤੇ ਹੁਣ ਤੱਕ ਅੱਜ 11 ਜੂਨ ਹੋ ਗਈ ਹੈ ਤੇ 11 ਜੂਨ ਤੋਂ ਮੈਨੂੰ ਅਲਮੋਸਟ ਡੇਲੀ ਬੇਸਿਸ ਤੇ 50 ਤੋਂ 60 ਮੈਸੇਜ ਆਉਂਦੇ ਨੇ ਸਾਡਾ ਨੋਲਾ ਉਸਤਾ ਹਾਈ ਤੱਕ ਨਹੀਂ ਨਿਕਲਿਆ ਕੀ ਸਾਡਾ ਨੋਲਾ ਉਸਤਾ ਨਿਕਲੇਗਾ ਜਾਂ ਨਹੀਂ ਨਿਕਲੇਗਾ ਸਾਨੂੰ ਇਹਦੇ ਬਾਰੇ ਦੱਸੋ ਮਿੱਤਰੋ ਪਹਿਲੀ ਗੱਲ ਤੇ ਇਹ ਵੇ ਕਿ ਜਿਹੜਾ ਤੁਹਾਡਾ ਨੋਲਾ ਉਸਤਾ ਅਪਲਾਈ ਕੀਤਾ ਉਹ ਕੁਝ ਚੀਜ਼ਾਂ ਡਿਪੈਂਡ ਕਰਦੀਆਂ ਨੇ ਨੋਲਾ ਉਸਤਾ ਡਿਲੇ ਹੁੰਦੇ ਆਵੇ ਪਹਿਲੀ ਸਭ ਨਾਲ ਵੱਡੀ ਚੀਜ਼ ਹੈ ਵੀ ਕਿ ਜਿਸ ਬੰਦੇ ਦੇ ਜ਼ਰੀਏ ਤੁਹਾਡੇ ਪੇਪਰ ਅਪਲਾਈ ਕੀਤੇ ਗਏ ਨੇ ਜਿਹੜਾ ਤੁਹਾਡਾ ਅਸਲ ਮਾਲਕ ਉਹਦਾ ਵੇਖਿਆ ਜਾਂਦਾ ਵੇ ਗੂ ਪਿੱਛੋ ਦਾ ਕ੍ਰਾਈਮ ਰਿਕਾਰਡ ਤੇ ਨਹੀਂ ਟੈਕਸ ਪੇਇੰਗ ਉਹਦਾ ਚੰਗਾ ਵੀ ਗਵਰਨਮੈਂਟ ਦੇ ਨਾਲ ਉਹਦੇ ਜਿਹੜੇ ਰਿਲੇਸ਼ਨ ਨੇ ਉਹ ਕੈਸੇ ਨੇ ਇਹ ਚੀਜ਼ਾਂ ਵੇਖੀਆਂ ਜਾਂਦੀਆਂ ਨੇ ਦੂਸਰੇ ਨੰਬਰ ਤੇ ਇਹ ਵੇਖਿਆ ਜਾਂਦਾ ਵੇ ਕਿ ਇਹਨੂੰ ਕਿੰਨੇ ਬੰਦਿਆਂ ਦੀ ਲੋੜ ਹੈ ਤੇ ਇਹਨੇ ਕਿੰਨੇ ਪੇਪਰ ਭਰੇ ਨੇ ਇਹ ਚੀਜ਼ਾਂ ਮੈਟਰ ਕਰਦੀਆਂ ਨੇ ਤੇ ਉਸ ਤੋਂ ਬਾਅਦ ਲਾਸਟ ਦੇ ਵਿੱਚ ਇਹ ਵੇਖਿਆ ਜਾਂਦਾ ਵੇ ਕਿ ਪਹਿਲਾ ਬੰਦੇ ਜਿਹੜੇ ਇਹਦੇ ਕੋਲ ਆ ਕੇ ਕੰਮ ਕਰਦੇ ਹੁੰਦੇ ਸਨ ਹੁਣ ਉਹ ਬੰਦੇ ਕਿੱਥੇ ਨੇ ਇਟਲੀ ਦੇ ਵਿੱਚ ਉਹਨਾਂ ਦਾ ਸਟੇਟਸ ਕੀ ਇਹ ਤਿੰਨ ਚਾਰ ਚੀਜ਼ਾਂ ਨੇ ਜਿਹੜੀਆਂ ਕਿ ਮੈਟਰ ਕਰਦੀਆਂ ਨੇ ਨਵਾਂ ਨੋਲਾ ਉਸ ਦਾ ਨਿਕਲਣ ਤੇ ਉਸ ਮਾਲਕ ਦੇ ਉੱਤੇ ਜਿਸ ਜੇ ਉਸ ਮਾਲਕ ਦੇ ਜ਼ਰੀਏ ਤੁਸੀਂ ਪੇਪਰ ਰੈਪਲਾਈ ਕਰਦੇ ਹੋ ਇਹ ਤਿੰਨ ਚਾਰ ਚੀਜ਼ਾਂ ਕਾਫੀ ਜ਼ਿਆਦਾ ਜਿਹੜੀ ਇਟਲੀ ਇਮੀਗ੍ਰੇਸ਼ਨ ਨੇ ਉਹ ਬੰਦੀ ਇਹ ਕਿ ਇਹ ਬੰਦਾ ਜਿਹੜਾ ਹੈ ਪਹਿਲੋਂ ਬੰਦਿਆਂ ਨੂੰ ਬੁਲਾ ਕੇ ਜਿਹੜੇ ਲਾਸਟ ਈਅਰਿਆਂ ਉਸ ਤੋਂ ਲਾਸਟ ਈਅਰ ਇਹਨੇ ਬੰਦੇ ਬੁਲਾਏ ਸਾਨੂੰ ਕਿੱਥੇ ਨੇ ਉਹਨਾਂ ਦਾ ਸਟੇਟਸ ਕੀ ਏ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ ਹੋ ਸਕਦਾ ਥੋੜਾ ਜਿਹਾ ਡਿਲੇ ਹੋਈਏ ਤੁਹਾਡਾ ਪੇਪਰ ਜਿਹੜਾ ਨੋਲਾ ਉਸ ਤੋਂ ਹੋਵੇ ਉਹ ਨਿਕਲ ਆਵੇ ਤੇ ਇਹ ਜੂਨ ਦਾ ਮਹੀਨਾ ਜਿਹੜਾ ਇਹਦੇ ਵਿੱਚ ਵਿੱਚ ਨਿਕਲ ਸਕਦੇ ਨੇ ਜੇ ਪੇਪਰ ਨਿਕਲਨੇ ਨੇ ਅਗੋਂ ਫਿਰ ਜਿਹੜਾ ਉਹ ਵੀਜ਼ੇ ਲੱਗਣ ਦਾ ਪ੍ਰੋਸੀਜ ਜਿਹੜਾ ਉਹ ਸਟਾਰਟ ਹੋਈਏਗਾ ਤੇ ਟੈਨਸ਼ਨ ਨਹੀਂ ਲੈਣੀ ਹੈ ਉਮੀਦ ਕੀਤੀ ਜਾਣ ਲਈ ਹੈ ਕਿ ਛੇਤੀ ਤੋਂ ਛੇਤੀ ਜਰੇ ਆ ਜੂਨ ਦੇ ਮਹੀਨੇ ਦੇ ਵਿੱਚ ਉਹ ਜਿਹਨੇ ਨੋਲਾ ਉਸਤਾ ਨੇ ਨਿਕਲ ਜਾਣਗੇ ਤੁਹਾਡਾ ਵੀ ਨੋਲਾ ਉਸਤਾ ਜ਼ਰੂਰ ਨਿਕਲ ਗਿਆ ਉਂਝ ਕਿਸੇ ਨਾ ਕਿਸੇ ਕਾਰਨ ਡਿਲੇ ਹੁੰਦੇ ਹੋਣੇ ਨੇ ਮੇਰੇ ਖੁਦ ਆਪਣੇ ਜਾਣਨ ਵਾਲੇ ਨੇ اسلام آباد ਪਾਕਿਸਤਾਨ ਦੇ ਵਿੱਚ ਜਿਨ੍ਹਾਂ ਦਾ ਇਹ ਤੱਕ ਨੋਲਾ ਉਸਤਾ ਨਹੀਂ ਨਿਕਲਿਆ ਉਹਨਾਂ ਫਰਵਰੀ ਦੇ ਵਿੱਚ ਵੀ ਆ ਨੋਲਾ ਉਸਤਾ ਅਪਲਾਈ ਕੀਤਾ ਤੇ ਅੱਜ ਤੱਕ ਉਹਨਾਂ ਦਾ ਨੋਲਾ ਉਸਤਾ ਜਿਹੜਾ ਉਹ ਨਹੀਂ ਨਿਕਲਿਆ ਹੈ ਜਿਨ੍ਹਾਂ ਵੀਰਾਂ ਦਾ ਨੋਲਾ ਉਸਤਾ ਨਿਕਲ ਗਿਆ ਜਾਂ ਨਹੀਂ ਨਿਕਲਿਆ ਇਹ ਤੱਕ ਉਹਨਾਂ ਅਗੇ ਇੱਕੋ ਹੀ ਰਿਕੁਐਸਟ ਕਰਾਂਗਾ ਕਿ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਕੇ ਰੱਖ ਲਵੋ ਤਾਂ ਕਿ ਕੋਈ ਵੀ ਵੀਡੀਓ ਜਿਹੜੀ ਅਸੀਂ ਅਪਲੋਡ ਕਰਨੀ ਆ ਇਸ ਚੈਨਲ ਟੀਚ ਵੀਜ਼ਾ ਪੰਜਾਬੀ ਦੇ ਉੱਤੇ ਉਹ ਤੁਸੀਂ ਮਿਸ ਨਾ ਕਰ ਸਕੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਟੀਚ ਵੀਜ਼ਾ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਕੋਈ ਵੀ ਵੀਡੀਓ ਮਿਸ ਨਾ ਕਰ ਸਕੋ ਮਿਲਦਿਆਂ ਤੁਹਾਨੂੰ ਨੈਕਸਟ ਵੀਡੀਓ ਤੇ ਰੱਬ ਰਾਖਾ